ਰਿਵਾਲਵਰ ਅਤੇ ਦਾਤਰ ਲੈ ਦੋ ਨੌਜਵਾਨਾਂ ਵੱਲੋਂ ਮੋਟਰਸਾਈਕਲ ਸਵਾਰ ਲੁੱਟ ਦੀ ਕੀਤੀ ਕੋਸ਼ਿਸ਼। ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਐਲਵੀਐਸ ਨਿਊਜ਼ ਤੋਂ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਮੁੱਖ ਖਬਰਾਂ। ਅੱਜ ਖਬਰ ਤੁਹਾਡੇ ਸਾਹਮਣੇ ਨਾਭਾ ਸ਼ਹਿਰ ਤੋਂ ਆਈ ਹੈ। ਨਾਭਾ ਸ਼ਹਿਰ ਦੇ ਦੁਲੱਦੀ ਗੇਟ ਸਥਿਤ ਗੁਪਤਾ ਇੰਟਰਪ੍ਰਾਈਜ਼ ਮਨੀ ਟ੍ਰਾਂਸਫਰ ਦੀ ਦੁਕਾਨ 'ਤੇ ਰਿਵਾਲਵਰ ਅਤੇ ਦਾਤਰ ਲੈ ਕੇ ਨੌਜਵਾਨਾਂ ਵੱਲੋਂ ਮੋਟਰਸਾਈਕਲ 'ਤੇ ਸਵਾਰ ਲੁੱਟ ਦੀ ਕੀਤੀ ਗਈ ਕੋਸ਼ਿਸ਼, ਜਿਸ ਦੌਰਾਨ ਦੁਕਾਨ ਦੇ ਮਾਲਕ ਧੀਰਜ ਵੱਲੋਂ ਰਿਵਾਲਵਰ ਕੱਢ ਕੇ ਦੁਕਾਨ 'ਤੇ ਬੈਠੀ ਔਰਤ ਨੂੰ ਡਰਾ ਕੇ 500 ਨੋਟਾਂ ਦੀ ਗੱਠੀ ਖੋਣ ਵੇਲੇ ਜੱਫਾ ਪੈ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿਸ ਦੌਰਾਨ ਦੂਸਰੇ ਨੌਜਵਾਨਾਂ ਵੱਲੋਂ ਧੀਰਜ ਦੀ ਬਾਂਹ 'ਤੇ ਟੱਕ ਲੱਗ ਗਿਆ। ਚੀਂਗ ਝਗਾੜਾ ਪੈਣ ਕਾਰਨ ਆਮ ਜਨਤਾ ਇਕੱਠੀ ਹੋ ਗਈ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਆਮ ਜਨਤਾ ਇਕੱਠੀ ਹੋਣ ਕਾਰਨ ਉਹਨਾਂ ਨੌਜਵਾਨਾਂ ਨੂੰ ਪਕੜ ਲਿਆ ਗਿਆ, ਜਿਸ ਕਾਰਨ ਉਹਨਾਂ ਨੌਜਵਾਨਾਂ ਨੂੰ ਪਕੜ ਕੇ ਰੱਸੀ ਨਾਲ ਬੰਨ੍ਹ ਲਿਆ ਗਿਆ। ਪੂਰੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਗੁਰਪ੍ਰੀਤ ਸਿੰਘ ਬਰਸਟ ਦੀ ਐਲਵੀਐਸ ਨਿਊਜ਼ ਤੋਂ ਖਾਸ ਰਿਪੋਰਟ। ਕਹਿੰਦੇ ਪੈਸੇ ਆਏ ਨੇ ਬਾਹਰੋਂ, ਪੈਸੇ ਦੇ ਦੋਗੇ? ਮੈਂ ਕਿਹਾ ਹਾਂਜੀ ਦੇ ਦਾਂਗੇ। ਮੈਂ ਕਿਹਾ ਕਿੰਨੇ ਪੈਸੇ ਆਏ ਨੇ? ਕਹਿੰਦੇ ਇੱਕ ਮਿੰਟ ਰੁਕ ਜਾਓ। ਮੈਂ ਕਿਹਾ ਠੀਕ ਹੈ ਜੀ। ਇਹਨਾਂ ਨੇ ਗੱਲਾਂ ਖੋਲਿਆ, ਗੱਦੀਆਂ ਕੱਢ ਲਈਆਂ। ਜਦੋਂ ਇਹਨਾਂ ਨੇ ਪੈਸੇ ਦੇ ਹੱਥ ਪਾਇਆ, ਮੈਂ ਮੁੰਡੇ ਨੂੰ ਆਵਾਜ਼ ਮਾਰੀ, ਉਹਨੇ ਆ ਕੇ ਇਹਨੂੰ ਪਕੜ ਲਿਆ। ਗੱਲੇ ਸਰ ਹਾਲੇ ਤੱਕ ਅਕਾਊਂਟ ਕਰੇ, ਬੈਂਕ ਜਾਣਾ ਸੀ ਹਲੇ ਕੈਸ਼। ਅੰਦਾਜ਼ਾ 2-2.5 ਲੱਖ ਹੋਣਾ ਹੀ ਆ। 2000 ਦੇ ਨੋਟ ਸੀਗੇ ਰਹਿੰਦੀ ਹੈ ਜੀ, ਹੁਣ ਜਮ੍ਹਾਂ ਹੋਣੀ ਸੀ ਪੇਮੈਂਟ, ਰੋਜ਼ ਹੀ ਹੁੰਦੀ ਸਾਡੇ ਕੋਲੇ। ਦੇਖੋ ਸਰ, ਉਰੇ ਦਾ ਮੈਂ ਤਾਂ ਦੇਖਿਆ, ਉਹਨੂੰ ਇਕੱਲੇ ਪੈਦਲ ਆ ਰਿਹਾ ਸੀ, ਦੋ ਆਏ ਸੀ, ਇੱਕ ਬੈਠ ਗਿਆ, ਇੱਕ ਖੜਾ ਹੋ ਗਿਆ। ਬੁਲੀਏ ਤੋਂ ਕਿਵੇਂ ਵਾਲ ਵਗੈਰਾ ਕੱਟੇ ਹੋਏ ਸੀ ਜਾਂ ਕਿਵੇਂ ਪੰਨਾ ਵਗੈਰਾ? ਪੰਨਾ ਬੰਨਿਆ ਹੋਇਆ ਸੀ ਮੂੰਹ ਤਾਂ, ਹੁਣ ਮੈਨੇ ਕੀ ਦੇਖਿਆ ਹੈਗਾ, ਦੇਖੋ ਨਹੀਂ ਨਹੀਂ ਮੂੰਹ ਓਪਨ ਹੀ ਸੀ। ਹਾਂ ਮੂੰਹ ਓਪਨ ਸੀ, ਆਰਾਮ ਨਾਲ ਗੱਲ ਕੀਤੀ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ। ਜੇ ਮੂੰਹ ਬੰਨਿਆ ਹੁੰਦਾ ਤਾਂ ਬੰਦੇ ਲੱਗਦਾ ਵੀ ਸ਼ਾਇਦ ਇਹ ਚੋਰੀ ਹੈ। ਆਰਾਮ ਨਾਲ, ਮੇਰਾ ਨਾਮ ਮਿੰਨੀ ਗੋਇਲ ਆ ਜੀ, ਮਨੀ ਟ੍ਰਾਂਸਫਰ ਜੀ, ਦਲੱਦੀ ਗੇਟ ਜੀ। ਮੋਟਰਸਾਈਕਲ ਮੈਂ ਨਹੀਂ ਸੀਗਾ, ਮੈਂ ਸੁੱਤਾ ਪਿਆ ਸੀਗਾ। ਅੱਛਾ ਮਦਰ ਸੀਗੇ। ਹਾਂ ਕੀ ਕਹਿੰਦੇ ਫਿਰ? ਪਤਾ ਨਹੀਂ ਕੁਝ ਕੰਮ ਕੁੰਮ ਕਰਨ ਆਏ ਸੀਗੇ। ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਲੁੱਟ ਕੋ ਕਰਨ ਆਏ ਨੇ? ਚੀਕ ਮਾਰੀਆਂ ਇਹਨਾਂ ਨੇ ਚਿਲਾਇਆ। ਹਾਂ ਤੇ ਮੈਂ ਫਿਰ ਜਾ ਕੇ ਪੈ ਗਿਆ ਸੀ ਉੱਥੇ। ਗੁਪਤਾ ਇੰਟਰਪ੍ਰਾਈਜ਼ ਦੁਕਾਨ ਹੈ, ਵੈਸਟਰਨ ਯੂਨੀਅਨ ਦਾ ਕੰਮ ਕਰਦੇ ਨੇ। ਉੱਥੇ ਦੋ ਬੰਦੇ ਆਏ ਜਿਨ੍ਹਾਂ ਨੇ ਆ ਕੇ ਉੱਥੇ ਲੁੱਟ ਕੋ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੋਂ ਲੋਕਾਂ ਨੇ, ਪਬਲਿਕ ਨੇ ਇਹਨਾਂ ਨੂੰ ਦਬੋਚ ਲਿਆ ਸੀ। ਇਹਨਾਂ ਨੂੰ ਅਸੀਂ ਪੁੱਛ ਗਿੱਛ ਲਈ ਲਿਆਂਦਾ, ਇੱਕ ਕੋਲ ਦਾਤ, ਇੱਕ ਕੋਲ ਕਢਾਉਣਾ ਪਿਸਤੌਲ ਮਿਲਿਆ। ਪਿਸਤੌਲ ਕਢਾਉਣਾ ਜੀ? ਜੀ ਕਢਾਉਣਾ ਪਿਸਤੌਲ। ਇਸ ਤੋਂ ਇਲਾਵਾ ਜੋ ਮਦਈ ਦਿਖਾਉਣਗੇ ਉਸ ਨੂੰ ਤਾਂ ਉਹ ਕਰ ਦਿੰਦੇ।